हाँ जी, वाहिगुरु जी का खालसा, वाहिगुरु जी की फतेह। अज 21वीं सदी तक आउंदियां भावें आपां सिख गुरु साहिबान की बख्शी हुई सिक्खी तो दूर हुंदे जा रहे हाँ, पर जे गल करिए 18वीं सदी के बहादुर सिंघां दी, तां उह अपने गुरु साहिबान ते धर्म प्रति एक बोल भी सुनन नालों अपना आपा वारना वध सस्ता सौदा समझदे सन। ठीक इहो जे ही दो सिंह भाई बोता सिंह जी ते भाई गरजा सिंह जी की गल अज आप इस वीडियो विच करांगे। पर वीडियो शुरू करन तो पहला जे तुसी सक्सेस तारा चैनल ते पहली बार आए हो तो चैनल नूं सबसक्राइब करके बैल आइकॉन जरूर प्रेस कर दिओ। बाबा बंदा सिंह जी बहादुर सरसे दा विछोड़ा, सरदार हरी सिंह नलुआ, बाबा दीप सिंह जी, सरदार जस्सा सिंह रामगढ़िया ते होर भी बहुत सारे वीडियोस तुहानू इस चैनल ते देखण नू मिलणगे। तुसी सिख इतिहास ते जिहड़े टॉपिक बारे समझदे हो कि तुहानू सब कुछ पता है, सब तो पहला वीडियो उसे टॉपिक दा ही वेखियो, तुहानू 100 नवीआं गल्लां पता लगणगीआं। इन्हां दोवां महान सूरमियां दे इतिहास वल वधण तों पहलां ਆਪਾਂ ਉਸ ਸਮੇਂ ਦੇ ਹਾਕਮ ਜ਼ਕਰੀਆ ਖਾਨ ਵੱਲੋਂ ਸਿੱਖਾਂ ਦੇ ਖਿਲਾਫ ਹਕੂਮਤ ਨੂੰ ਜਾਰੀ ਕੀਤੇ ਗਏ ਇੱਕ ਫਰਮਾਨ ਵੱਲ ਵੇਖਦੇ ਹਾਂ ਤਾਂ ਜੋ ਆਪਾਂ ਨੂੰ ਉਸ ਸਮੇਂ ਦੇ ਹਾਲਾਤਾਂ ਦਾ ਅੰਦਾਜ਼ਾ ਹੋ ਜਾਵੇ। ਜ਼ਕਰੀਆ ਖਾਨ ਲਿਖਦਾ ਹੈ, ਜੋ ਸਿੰਘਨ ਕੇ ਦੱਸੇ ਗ੍ਰਾਮ ਹਮ ਤੇ ਪਾਵੇ ਬਹੁਤ ਇਨਾਮ, ਸਿੰਘਨ ਖੂਨ ਮਾਫ ਹਮ ਕੀਨੋ, ਜਿੱਤ ਲੱਭੇ ਤਿਤ ਮਾਰੇ ਚੀਨੋ, ਲੂਟ ਕੂਟ ਉਸਦੀ ਮਾਫ ਕਰੀ, ਲਿਖਤ ਹਮਰੀ ਜਾਨੋ ਖਰੀ। यानी कि मैं अपनी पूरी हुकूमत विच सिखां दे कतल माफ कर दिते हन, जिथे किते भी गुरु नानक नूं मनन वाला सिख दिखे फड़ के कतल कर दिओ, उहनां नूं सताओ, लुट मार करो, कुट मार करो, तुहानूं खुली छूट है। ते जे मार नहीं सकदे, लुट कसुट नहीं कर सकदे, तां जिहड़ा उहनां दे पिंड टिकाणे ही दस देवे उहनां नूं भी तगड़ा इनाम दिता जाऊगा। ते इस लिखत नूं कोई मजाक ना समझे, इह मेरे यानी कि ज़करीआ खान वल्लों जारी कीती गई खरी ते पक्की गल है। ਜ਼ਾਲਮ ਹਕੂਮਤ ਦੇ ਭਾਈਵਾਲ ਲਾਲਚੀ ਲੋਕਾਂ ਨੂੰ ਹੋਰ ਕੀ ਚਾਹੀਦਾ ਸੀ। ਚਾਰੇ ਪਾਸੇ ਸਿੱਖਾਂ ਦੇ ਕਤਲੇਆਮ ਸ਼ੁਰੂ ਹੋ ਗਏ। ਹਜ਼ਾਰਾਂ ਸਿੱਖਾਂ ਨੂੰ ਕੁਝ ਕੁ ਦਿਨਾਂ ਵਿੱਚ ਹੀ ਕਤਲ ਕਰ ਦਿੱਤਾ ਗਿਆ। ਬੀਬੀਆਂ ਤੇ ਛੋਟੇ ਬੱਚੇ ਵੀ ਨਹੀਂ ਬਖਸ਼ੇ ਗਏ ਤੇ ਜੋ ਬਚ ਗਏ ਉਹਨਾਂ ਵਿਚਾਰਿਆਂ ਨੂੰ ਮਜਬੂਰਨ ਆਪਣੇ ਵਸੇ ਵਸਾਏ ਘਰ ਛੱਡ ਕੇ ਜੰਗਲਾਂ ਤੇ ਮਾਰੂਥਲਾਂ ਵਿੱਚ ਜਾ ਕੇ ਟਿਕਾਣੇ ਬਣਾਉਣੇ ਪਏ। ਪਰ ਇਹੋ ਜਿਹਾ ਮਾੜਾ ਦੌਰ ਵੀ ਸਿੱਖਾਂ ਨੂੰ ਆਪਣੇ ਗੁਰੂ ਧੰਮਾਂ ਤੋਂ ਤੋੜ ਨਾ ਸਕਿਆ। ਸਿੱਖ ਚੁੱਪ ਚੁਪੀਤੇ ਜਾਂਦੇ ਤੇ ਮੌਕਾ ਵੇਖ ਕੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਨਿਹਾਲ ਹੁੰਦੇ। ਇਸੇ ਤਰ੍ਹਾਂ ਹੀ ਗੁਰੂ ਦੇ ਦੋ ਪਿਆਰੇ ਸਿੰਘ ਭਾਈ ਬੋਤਾ ਸਿੰਘ ਜੀ ਤੇ ਭਾਈ ਗਰਜਾ ਸਿੰਘ ਜੀ, ਜੋ ਕਿ ਅੰਮ੍ਰਿਤਸਰ ਦੇ ਭਰਾਨ ਪਿੰਡ ਦੇ ਰਹਿਣ ਵਾਲੇ ਸਨ, ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਕਰਕੇ ਆਉਣ ਦਾ ਮਨ ਬਣਾਇਆ। ਇਹਨਾਂ ਜਿਗਰੀ ਆੜੀਆਂ 'ਚੋਂ ਭਾਈ ਬੋਤਾ ਸਿੰਘ ਜੀ ਸੰਧੂ ਜੱਟ ਸਨ ਤੇ ਭਾਈ ਗਰਜਾ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ। ਜੇ ਸਰਲ ਭਾਸ਼ਾ ਵਿੱਚ ਕਹਾਂ ਤਾਂ ਉਹ ਮਜ਼ਬੀ ਸਿੰਘ ਸਨ, ਪਰ ਜਾਤ ਪਾਤ ਨੂੰ ਪਰਾਂ ਰੱਖਦਿਆਂ ਦੋਵੇਂ ਹਮੇਸ਼ਾ ਸਕੇ ਭਰਾਵਾਂ ਵਾਂਗ ਸਾਥ ਰਹਿੰਦੇ ਸਨ। ਸਿੱਖ ਮਰਿਆਦਾ ਅਨੁਸਾਰ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲੱਗਣ ਤੋਂ ਬਾਅਦ ਇਹਨਾਂ ਗੋਤਾਂ ਦੀ ਕੀਮਤ ਧੂੜ ਬਰਾਬਰ ਵੀ ਨਹੀਂ ਰਹਿ ਜਾਂਦੀ। ਇਸ ਲਈ ਮੈਂ ਇਹਨਾਂ ਦੋਨਾਂ ਸਿੰਘਾਂ ਦੀ ਗੋਤਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਸੀ, ਪਰ ਲਿਖਦੇ ਸਮੇਂ ਮੈਨੂੰ ਇੱਕ ਗੱਲ ਯਾਦ ਆ ਗਈ। ਬਠਿੰਡੇ ਦੇ ਲਾਗੇ ਇੱਕ ਨਗਰ ਹੈ ਪੁੱਛੋ ਮੰਡੀ, ਉੱਥੋਂ ਦੇ ਸਭ ਤੋਂ ਵੱਡੇ ਗੁਰੂ ਘਰ ਵਿੱਚ ਆਉਣ ਵਾਲੇ ਹਰ ਬੰਦੇ ਨੂੰ ਬਕਾਇਦਾ ਉਸਦੀ ਜਾਤ ਪੁੱਛੀ ਜਾਂਦੀ ਹੈ ਤੇ ਛੋਟੀ ਜਾਤ ਵਾਲਿਆਂ ਲਈ ਭਾਂਡੇ ਵੱਖਰੇ, ਲੰਗਰ ਵੱਖਰਾ, ਸਭ ਸਿਸਟਮ ਵੱਖਰਾ ਹੈ। ਰਾਤ ਨੂੰ ਉਹਨਾਂ ਦੇ ਰੁਕਣ ਲਈ ਕੋਈ ਕਮਰਾ ਨਹੀਂ। ਮੀਡੀਆ ਵੀ ਇਸ ਗੱਲ 'ਤੇ ਚੀਕ ਚੀਕ ਕੇ ਥੱਕ ਚੁੱਕਿਆ ਹੈ, ਪਰ SGPC ਜਾਂ ਹੋਰ ਕਿਸੇ ਜ਼ਿੰਮੇਵਾਰ ਦੇ ਸਿਰ 'ਤੇ ਜੂੰ ਤੱਕ ਨਹੀਂ ਰਹਿੰਦੀ, ਕਿਉਂਕਿ ਉਸ ਗੁਰੂ ਘਰ ਦੇ ਮੁਖੀ ਦਾ ਨਾਮ ਚੱਲਦਾ ਹੈ ਸਿੱਖ ਜਗਤ ਵਿੱਚ। ਇਹੋ ਜਿਹੇ ਖੋਟੇ ਆਗੂਆਂ ਦਾ ਕਰਕੇ ਹੀ ਅੱਜ ਸਿੱਖੀ ਨੂੰ ਢਾਹ ਲੱਗਦੀ ਜਾ ਰਹੀ ਹੈ। ਮੈਂ ਆਪ ਤਾਂ ਕਦੇ ਉਸ ਗੁਰੂ ਘਰ ਨਹੀਂ ਗਿਆ, ਪਰ ਜਿਨ੍ਹਾਂ ਕਥਾਵਾਚਕ ਦੇ ਵੀਡੀਓ 'ਚੋਂ ਮੈਂ ਗੱਲ ਸੁਣੀ ਸੀ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਸਟੇਜ 'ਤੇ ਬੈਠ ਕੇ ਇਹੋ ਜਿਹਾ ਝੂਠ ਨਹੀਂ ਬੋਲ ਸਕਦੇ। ਖੈਰ, ਆਪਾਂ ਆਪਣੇ ਟੌਪਿਕ ਦੇ ਨੇੜੇ ਹੀ ਰਹੀਏ। ਸਿੱਖਾਂ ਲਈ ਉਹ ਸਮਾਂ ਬੜਾ ਮਾੜਾ ਸੀ, ਸੋ ਇਹ ਦੋਵੇਂ ਸਿੰਘ ਰਾਤ ਨੂੰ ਸਫ਼ਰ ਕਰਦੇ ਅਤੇ ਦਿਨੇ ਕਿਤੇ ਝਾੜੀਆਂ 'ਚ ਲੁੱਕ ਕੇ ਦੁਬਾਰਾ ਰਾਤ ਹੋਣ ਦੀ ਉਡੀਕ ਕਰਦੇ। ਇੱਕ ਦਿਨ ਉਹਨਾਂ ਲੁਕਿਆਂ ਦੇ ਕੋਲੋਂ ਦੀ ਦੋ ਰਾਹਗੀਰ ਲੰਘੇ। ਇੱਕ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਉਹਨਾਂ ਝਾੜੀਆਂ 'ਚ ਕੋਈ ਲੁਕਿਆ ਹੋਇਆ ਹੈ, ਕਿਤੇ ਉਹ ਸਿੱਖ ਹੀ ਨਾ ਹੋਣ। ਦੂਜੇ ਨੇ ਕਿਹਾ ਕਿ ਨਹੀਂ, ਇਹ ਸਿੱਖ ਨਹੀਂ ਹੋ ਸਕਦੇ। ਪਹਿਲੀ ਗੱਲ ਤਾਂ ਸਿੱਖ ਕੋਈ ਬਚਿਆ ਹੀ ਨਹੀਂ, ਸਾਰੇ ਦੇ ਸਾਰੇ ਜ਼ਕਰੀਆ ਖਾਨ ਨੇ ਕਤਲ ਕਰਵਾ ਦਿੱਤੇ ਹਨ, ਅਤੇ ਜੇ ਕੋਈ ਬਚਿਆ ਵੀ ਹੋਇਆ ਤਾਂ ਇਹਨਾਂ ਦੇ ਗੁਰੂ ਨੇ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਕੁੱਟ ਕੁੱਟ ਕੇ ਭਰ ਦਿੱਤੀ ਹੈ ਕਿ ਖਾਲਸਾ ਸੋਏ ਜੋ ਨਿੰਦਾ ਤਿਆਗੇ, ਸਨਮੁਖ ਲੜੇ ਨਾ ਰਨ ਤੇ ਭਾਗੇ। ਸਿੱਖ ਕਦੀ ਲੁੱਕ ਕੇ ਨਹੀਂ ਰਹਿੰਦੇ, ਜਦ ਕੋਈ ਸਿੱਖੀ 'ਤੇ ਇੰਨੀ ਚੋਟ ਕਰੇ ਫਿਰ ਭਲਾ ਸਿੰਘ ਕਿਵੇਂ ਜਰੇ। ਉਸੇ ਸਮੇਂ ਦੋਵੇਂ ਸਿੰਘ ਝਾੜੀਆਂ 'ਚੋਂ ਨਿਕਲ ਕੇ ਸਾਹਮਣੇ ਆ ਖਲੋਤੇ, ਕਹਿੰਦੇ ਬਿਲਕੁਲ ਅਸੀਂ ਖਾਲਸੇ ਹਾਂ, ਗੁਰੂ ਦੇ ਸਿੰਘ ਹਾਂ। ਇਹ ਗੱਲ ਦੋਵੇਂ ਸਿੰਘਾਂ ਨੂੰ ਬੜੀ ਚੁੱਭ ਗਈ ਕਿ ਹਕੂਮਤ ਸੋਚਦੀ ਹੈ ਕਿ ਖਾਲਸਾ ਖਤਮ ਹੋ ਗਿਆ,
पर उन्हां नूं ए नहीं पता कि तुसीं वढ़दे वढ़दे आप मुक जाओगे, पर खालसा खत्म नहीं होने वाला। उसी समय दोवां सिंघां चों इक ने अपना कमर कसा खोलिया ते डांग ते बन के खालसे दा झंडा चुला दिता। ते दोवें लाहौर तो दिल्ली वल जिहड़ी जरनैली सड़क जांदी सी, जिथे सरकारी काफलियां दा आउणा जाणा लग्या रहिंदा सी, उस मुख मार्ग ते नूरदीन दी सरां दे कोल नाका ला के बैठ गए ते हर आउंदे जांदे बंदे तो टैक्स लैणा शुरू कर दिता, क्योंकि अपना झंडा चला देना ते टैक्स वसूल करना ये दोवें ही आजाद राज दीयां निशानियां हुंदियां हन। पर आजाद राज दा ऐलान कर कौन रहे हन? सिर्फ दो सिंह, वह भी एशिया की सब तो ताकतवर हुकूमत दे सामने। सब तो ताकतवर हुकूमत मैं इसलिए कहा क्योंकि 1739 नादर शाह तो जंग हारन बाद जकरिया खान ने उसकी अधीनगी मान ली सी। ते नादर शाह मुगल राज दे मठा पैण तो बाद हुण एशिया दा सब तो वड्डा जरनैल सी। कुछ समय बाद उत्थों एक सरकारी काफला लंघिया, सिंघां ने रोक लिया, कहिंदे टैक्स दिओ। अगों अहलकारां ने सवाल किया कि तुसी कौन हुंदे हो टैक्स मंगण वाले? असी गुरु के खालसे हाँ, श्री गुरु ग्रंथ साहिब जी वल्लों आजाद राज दा ऐलान करदिआं तुहाडे तों टैक्स मंग रहे हाँ। टैक्स भरदिआं होइआं अहलकारां ने दंद पीसदिआं कहा कि असी जकरिया खान कोल जाके तुहाडी शिकायत करांगे। अगों जवाब मिलिआ, शिकायत की करनी है, असी आप चिट्ठी लिख के दिंदे हाँ, जाके दे दिओ तुहाडे जकरिया खान नूं। उस चिट्ठी दे बोल सन, चिट्ठी लिखे सिंह बोता, हथ विच सोटा विच राहे खलोता, आना लावे गड्डे नू पैसा लावे खोता, आखी भाभी खानो नू जो कहे सिंह बोता। उसने जकरिया खान लई शब्द वरते हन भाभी खानो। ए सी सिंघां दा हौसला। लगभग सारी सिख कौम नू कतल करवा देने वाले पंजाब दे बुच्चड़ गवर्नर दी इन्नी खैसियत सी सिखां दे मन विच। उसनू भाभी दस के सिंह घरे डर के बैठी रहने वाली औरत नाल उसकी तुलना कर रहे हैं। हथ विच सोटा विच राय खलोता, ये भी दसता कि साढ़े कोई बाले हथियार नहीं, बस सोटे ही हैं। एक आना असी गड्ढे तो टैक्स लेने हैं ते एक पैसा खोते हैं खच्चर तो। जकरिया खान तक खबर पहुंची, वह भी लिखित विच। कमाल की गल है, सिर्फ दो सिंह खालसा राज का ऐलान कर रहे हैं, इन्हों की हिम्मत होई तो होई किवें? नाल ही पूरे पंजाब के गवर्नर नू भाभी कह के संबोधन। अपनी इन्नी बेइज्जती वेख के जकरिया खान का पारा ज्वालामुखी वांग उबलन लग पिया। तुरंत उसने अपने एक सिरकट जरनैल जलालुद्दीन नू 194 सिपाहियों की फौज दे के नूरदीन की सरां वाले पासे तोड़ दिता। हुण भावें जकरिया खान ने हजारां सिख कतल करवाए सन, भावें वह सोचता सी कि मैं दुनिया से सिख कौम का नामो निशान मिटा दिता है, पर फिर भी सिखां लई उसके मन में खौफ किन्ना है। दो दे मुकाबले 100 सिपाही, वह भी हर तरह के चंगे ते आधुनिक हथियारों नाल तैयार बर तैयार। ते इधर दोवां सिंघां दे हथ विच मामूली सोटे हन। ते जदों इधर सिंघां ने फौज नूं आउंदिआं वेख्या तां सलाह करदे हन कि इन्हां नाल लड़िया किवें जावे। एक कमर कस्सा उन्हां ने पहले ही झंडा बना के चुला दिता सी, ते दूसरे नूं दोवां ने आपस विच एक दूसरे वल पिट्ठां करके कस के बन लिया तां जो कोई पिट्ठ ते वार ना कर सके। जलालुद्दीन नूं चुण के लिआंदे अपने 100 चोटी दे सिपाहियां ते बड़ा माण सी। हजे काफला उत्थे पहुंच ही रहा सी कि उसने दूरों ही सिंघां नूं वेख के ना कोई चेतावनी दित्ती, ना अधीनगी मनाउण लई कोई गलबात करनी जरूरी समझी। उत्थों तुरे आउंदिआं ही अपने 10 सिपाहियां नूं भज के जाके सिंघां ते हमला करन दा हुक्म दे दिता। उह सोचदा सी कि दो दे मुकाबले मेरे 10 सिपाही 2-4 मिंटां च मेरे उत्थे पहुंचदिआं तक ही इह खेड खत्म कर देणगे, पर उह शायद इह भुल गिआ कि अगों मुकाबला 125,000 नाल कल्ले कल्ले लड़न वाले गुरु के सिंघां नाल है। दोवें धिरां आपस विच भिड़ गईआं। बोले सोनेहाल दा जकारा छड्ड के उन्होंने जिदे ते वी एक वार सोटा धरता मुड़ के उठन जोगा नहीं छड्डिआ, भावें उन्हां विचारे सिंघां नूं खाण नूं सिर्फ रुखां दे पत्ते ते छिल्लां ही मिलदियां सन। कई कई महीने प्रशादा वेखे नूं ही लंघ जांदे सन। जद जलालुद्दीन उत्थे पहुंचिआ तो उसदे 10 दे 10 सिपाही उत्थे जमीन ते चित पए सन, पर हंकारी बंदे दे निक्की जी गल भी जिहड़ी उसकी सोच दे उल्ट होवे बड़ी औखी समझ आउंदी है। हजे भी जलालुद्दीन ने सारे सिपाही भेजण दी थां एक दे मुकाबले 10 यानी कि टोटल 20 सिपाही ही सिंघां वल भेजे, पर नतीजा इस बार भी उही रहा। दोवें सिंघां दे चारे पासे 30 अफगानी सिपाही हुण जमीन ते धराशाई पए सन। सिंघां दे भी काफ़ी सट्टां वज्जियां सन, सट्टां चों लहू रिस रहा सी। भाई गरजा सिंह जी दे एक तलवार दा वड्डा फट खब्बे पट ते वज्जा सी, लत्त लहू नाल सरा बोर सी ते जमीन ते भी लहू फैल रहा सी, ते इत्थों तक कि नेड़े तेड़े दी जमीन भी लहू नाल लाल हो रही सी। पर सिंह हजे भी बिना किसी पीड़ की परवाह किते अगले हल्ले की उड़ीक कर रहे सन।
आखिरकार जलालुद्दीन नूं अकल आई कि जे मैं इसे तरह सिपाही मरवाउंदा रहा तां वापस जाके जकरिया खान कोल की मूंह दिखाऊंगा। बाकी बचे 70 दे 70 सिपाहियों नूं उन्हें कट्ठे हमला करन दा हुक्म दे दिता। इन्हां 70 सिपाहियों ने दोवें सिंघां नूं चारे पासों घेर लिया ते धड़ा धड़ वार करने शुरू कर दिते। कदी सिंघां दी छाती विच आ के नेजा ते तीर वजदे ते कदी कोई तलवार मास नूं पाड़दे होए वड्डा चीरा ला दिंदी। 10-12 होर सिपाही तराशाई करन तों बाद हुणे दोवें सिंघ फट्टड हो के जमीन ते डिग पए सन ते पहलां भाई बोता सिंह जी ते फिर भाई गिरजा सिंह जी लगभग नालों नाल ही सचखंड सुधार गए। ਇਹ ਸੀ ਮਾਣਯੋਗ ਇਤਿਹਾਸ ਭਾਈ ਬੋਤਾ ਸਿੰਘ ਜੀ ਤੇ ਭਾਈ ਗਰਜਾ ਸਿੰਘ ਜੀ ਦੀਆਂ ਸ਼ਹੀਦੀਆਂ ਦਾ, ਜਿਨ੍ਹਾਂ ਹਕੂਮਤ ਨਾਲ ਟੱਕਰ ਲੈ ਕੇ ਸ਼ਹੀਦੀਆਂ ਪਾ ਲਈਆਂ ਪਰ ਸਿੱਖੀ ਬਾਰੇ ਮਾੜਾ ਜਿਹਾ ਵੀ ਅਵਾ ਤਵਾ ਸੁਣਨਾ ਮਨਜ਼ੂਰ ਨਹੀਂ ਕੀਤਾ। ਵੀਡੀਓ ਨੂੰ ਤੁਸੀਂ ਲਾਈਕ ਤਾਂ ਕਰ ਹੀ ਦਿੱਤਾ ਹੋਣਾ, ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਡੀ ਨਵੀਂ ਪੀੜ੍ਹੀ ਸਿੱਖੀ ਦੇ ਇਸ ਮਾਣਯੋਗ ਇਤਿਹਾਸ ਬਾਰੇ ਜਾਣ ਸਕੇ। ਦੂਸਰਿਆਂ ਤੋਂ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਇੰਸਟਾਗ੍ਰਾਮ ਪੇਜ ਵੀ ਬੇਸਬਰੀ ਨਾਲ ਤੁਹਾਡੀ ਉਡੀਕ ਕਰ ਰਿਹਾ ਹੈ। ਇਹ ਵੀਡੀਓ ਤੁਹਾਡੇ ਸਭ ਦੀ ਫਰਮਾਇਸ਼ 'ਤੇ ਸੀ। ਅਗਲਾ ਵੀਡੀਓ ਤੁਹਾਡੇ ਸਭ ਦੀ ਪੁਰਜ਼ੋਰ ਡਿਮਾਂਡ 'ਤੇ ਸਿੱਖ ਵੀ ਨਿਕਲਿਆ ਗਿਆ ਬੁੱਕ 'ਤੇ ਬਣਾਵਾਂਗੇ, ਕੰਮ ਜਾਰੀ ਹੈ। ਇਸੇ ਤਰ੍ਹਾਂ ਹੀ ਕਮੈਂਟ ਕਰਕੇ ਦੱਸਦੇ ਰਹੋ ਕਿ ਹੋਰ ਵੀਡੀਓਜ਼ ਤੁਸੀਂ ਕਿਸ ਟੌਪਿਕ 'ਤੇ ਦੇਖਣਾ ਚਾਹੋਗੇ, ਸਰਦਾਰ ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਜਾਂ ਫਿਰ ਭੰਗਾਣੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ। ਅਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।